ਜਦੋਂ ਅਸੀਂ ਅੱਜ ਇਹ ਗਿਲਾ ਕਰਦੇ ਹਾਂ ਟੀਵੀ ਚੈਨਲਾਂ ਵਿੱਚ ਦਿਖਾਇਆ ਜਾ ਰਿਹਾ ਪੰਜਾਬੀ ਗਾਇਕਾਂ ਅਤੇ ਉਹਨਾਂ ਵੱਲੋਂ ਗਾਇਆ ਜਾ ਰਹੇ ਗੀਤਾਂ ਦੇ ਮਿਆਰ ਐਕਸ਼ਨ ਅਤੇ ਗਾਇਕਾਵਾਂ ਵੱਲੋਂ ਅੰਗਾਂ ਦੇ ਕੀਤੇ ਜਾ ਰਹੇ ਪ੍ਰਦਰਸ਼ਨਾਂ ਨੇ ਸਾਡੀ ਜਵਾਨੀ ਨੂੰ ਹਰ ਪਹਿਲੂ ਤੋਂ ਰੋਲ ਦਿੱਤਾ ਹੈ ਅਤੇ ਉਹਨਾਂ ਦੇ ਦਿਲਾਂ ਵਿੱਚ ਸਮਾਜਿਕ ਤੇ ਰਾਜਨੀਤਿਕ ਕਦਰਾਂ ਕੀਮਤਾਂ ਲਈ ਥਾਂ ਨਹੀਂ ਰਹਿ ਗਈ ਤੇ ਸਾਨੂੰ ਇਸ ਅਫਸੋਸਨਾਕ ਹਾਲਤ ਪਿੱਛੇ ਡੂੰਗੇ ਤੇ حقیقی ਕਾਰਨ ਲੱਭਣ ਵੱਲ ਆਪਣਾ ਧਿਆਨ ਖਾਲਸਾ ਜੀ ਮੋੜਨਾ ਪੈਣਾ ਹੈ ਸਾਨੂੰ ਇਸ ਸਚਾਈ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਕਿ ਫਿਲਮਾਂ ਤੇ ਟੀਵੀ ਸੀਰੀਅਲਾਂ ਵਿੱਚ ਪੇਸ਼ ਕੀਤੇ ਜਾ ਰਹੇ ਧਾਰਾਂ ਪਿੱਛੇ ਉਹ ਡਾਇਰੈਕਟਰ ਕੰਮ ਕਰਦੇ ਹਨ ਜਿਨ੍ਹਾਂ ਨੂੰ ਸਿੱਖ ਕਲਚਰ ਬਾਰੇ ਡੂੰਗੀ ਤੇ ਗੈਰ ਗੰਭੀਰ ਸਮਝ ਨਹੀਂ ਉਹ ਇਸ ਬਾਰੇ ਉਪਰੀ ਜਿਹੀ ਸਰਫਸ ਲੈਵਲ ਦੀ ਸਮਝ ਰੱਖਦੇ ਨੇ ਅਤੇ ਇਸੇ ਸਮਝ ਦੇ ਆਧਾਰ ਤੇ ਫਿਲਮਾਂ ਦਾ ਨਿਰਮਾਣ ਕਰਦੇ ਨੇ ਕਈ ਵਾਰ ਜਦੋਂ ਉਹਨਾਂ ਨੂੰ ਚੰਗੇ ਤੇ ਸੁਲਝੇ ਕਰ ਮਿਲ ਜਾਂਦੇ ਨੇ ਤਾਂ ਉਸ ਸਮੇਂ ਸਿੱਖ ਜੀਵਨ ਦੇ ਕਈ ਨਿਰੋਏ ਪੱਖ ਸਾਹਮਣੇ ਆ ਜਾਂਦੇ ਪਰ ਜਿਆ ਬਹੁਤ ਘੱਟ ਹੁੰਦਾ ਹੈ ਮਿਸਾਲ ਦੇ ਤੌਰ ਤੇ ਸਾਡੇ ਵਿੱਚੋਂ ਬਹੁਤਿਆਂ ਨੇ ਸਿੰਘ ਇਜ਼ ਕਿੰਗ ਫਿਲਮ ਦੇਖੀ ਜੋ ਇੱਕ ਤਰ੍ਹਾਂ ਨਾਲ ਕਾਮੇਡੀ ਫਿਲਮ ਹੈ ਅਤੇ ਇਸ ਵਿੱਚ ਬਹੁਤੇ ਕੈਰੈਕਟਰਸ ਦੀਆਂ ਦਸਤਾਰਾਂ ਜਿਹੜੀਆਂ ਨੇ ਤੁਸੀਂ ਧਿਆਨ ਨਾਲ ਵੇਖਿਆ ਹੋਵੇਗਾ ਇੱਕ ਤਰ੍ਹਾਂ ਨਾਲ रेडीमेड दस्तारਾਂ ਹੀ ਨਜ਼ਰ ਆਉਂਦੀਆਂ ਇਸ ਦੇ ਬਾਵਜੂਦ ਇਸ ਫਿਲਮ ਦੇ ਨਾਇਕ ਦੀ ਦਸਤਾਰ ਇੱਕ ਸੀਨ ਵਿੱਚ ਇੰਨੇ ਸੁੰਦਰ ਢੰਗ ਨਾਲ ਬਣੀ ਗਈ ਸੀ ਕਿ ਚੋਟੀ ਦੀ ਐਕਟਰਸ ਕੈटरीना कैफ ਨਾਲ ਨਾਇਕ ਦੇ ਰੋਮਾਂਟਿਕ ਸੀਨ ਦਰਸ਼ਕਾਂ ਨੂੰ ਪ੍ਰਭਾਵਿਤ ਕਰਦੇ ਸਨ ਪਰ ਖਾਲਸਾ ਜੀ ਇੱਥੇ ਇੱਕ ਹੋਰ ਗੰਭੀਰ ਸਵਾਲ ਖੜਾ ਹੋ ਗਿਆ ਕਿ ਕੀ ਅਸੀਂ ਦਾੜੀ ਕੇਸਾਂ ਵਿੱਚ ਕਿਸੇ ਸਿੱਖ ਨਾਇਕ ਨੂੰ ਰੋਮਾਂਟਿਕ ਦ੍ਰਿਸ਼ਾਂ ਵਿੱਚ ਵੇਖ ਸਕਣ ਦਾ ਹੌਸਲਾ ਕਰ ਸਕਦੇ ਆ ਕੀ ਸਾਡੇ ਸਮਾਜ ਦਾ ਧਾਰਮਿਕ ਹਿੱਸਾ ਇਸ ਨੂੰ ਪ੍ਰਵਾਨ ਕਰਨ ਲਈ ਤਿਆਰ ਹੈ ਇਹ ਸਵਾਲ ਗੰਭੀਰ ਬਹਿਸ ਦੀ ਮੰਗ ਕਰਦਾ ਹੈ ਸਿੱਖ ਕਲਚਰ ਨੂੰ ਸਮਰਪਿਤ ਨਰੋਈਆਂ ਅਤੇ ਪ੍ਰਭਾਵਸ਼ਾਲੀ ਰੋਮਾਂਟਿਕ ਾਰੀ ਫਿਲਮਾਂ ਅਤੇ ਟੀਵੀ ਸੀਰੀਅਲ ਬਣਾਉਣ ਲਈ ਸਾਨੂੰ ਅਜਿਹੇ ਸਿੱਖ ਡਾਇਰੈਕਟਰਸ ਦੀ ਬਹੁਤ ਲੋੜ ਹੈ ਜੋ ਸਿੱਖ ਕੌਮ ਦੀ ਤਰਜ਼ੇ ਜ਼ਿੰਦਗੀ ਦੇ ਸਾਰੇ ਆਸਪੈਕਟਸ ਅਤੇ ਉਹਨਾਂ ਦੀ ਜੀਵਨ ਸ਼ੈਲੀ ਚ ਆਈਆਂ ਕਮਜ਼ੋਰੀਆਂ ਨੂੰ ਗੰਭੀਰ ਹੋ ਕੇ ਸਮਝਦੇ ਅੱਜ ਦਾ ਜੈਸ਼ਲਾਈਜ਼ੇਸ਼ਨ ਦਾ ਯੁੱਗ ਹੈ ਜਿਸ ਵਿੱਚ ਤੁਹਾਨੂੰ ਫਿਲਮਾਂ ਦੀ ਤਕਨੀਕੀ ਜਾਣਕਾਰੀ ਨੂੰ ਧਿਆਨ ਨਾਲ ਸੁਣਿਓ ਟੈਕਨੀਕਲ ਜਾਣਕਾਰੀ ਨੂੰ ਜਜ਼ਬਿਆਂ ਦੇ ਰੂਪ ਵਿੱਚ ਦਿਖਾਉਣ ਦੀ ਡੂੰਗੀ ਮਹਾਰਤ ਹੋਵੇ ਇਸ ਸਬੰਧ ਵਿੱਚ ਜੇਕਰ ਤੁਹਾਡੇ ਪ੍ਰੋਜੈਕਟ ਵਿੱਚ ਜਾਣ ਹੋਏਗੀ ਤਾਂ ਤੁਹਾਨੂੰ ਪੈਸਾ ਜਾਂ ਪੂੰਜੀ ਲਾਉਣ ਵਾਲੇ ਪ੍ਰੋਡਿਊਸਰ ਵਿੱਚ ਮੁਸ਼ਕਲ ਨਹੀਂ ਆਏ ਇਸ ਤਰ੍ਹਾਂ ਸਾਨੂੰ ਅਜਿਹੇ ਸਕ੍ਰਿਪਟ ਰਾਈਟਰਸ ਚਾਹੀਦੇ ਹਨ ਜਿਨ੍ਹਾਂ ਦੀ ਸਕ੍ਰਿਪਟ ਵਿੱਚ ਡਾਇਲੌਗ ਅਤੇ ਦ੍ਰਿਸ਼ ਸਿੱਖਾਂ ਦੇ ਜੀਵਨ ਨਾਲ ਨੇੜਿਓਂ ਜੁੜੇ ਹੋਣ ਮੈਂ ਇੱਥੇ ਕੁਝ ਦਿਨ ਪਹਿਲਾਂ ਲਾਸ ਐਂਜਲਸ ਵਿੱਚ ਤਿੰਨ ਦਿਨਾ ਸਿੱਖ ਫਿਲਮ ਫੈਸਟੀਵਲ ਹੋਇਆ ਸੀ ਦੇਖਣ ਦਾ ਮੌਕਾ ਮੈਂ ਮੈਨੂੰ ਇਸ ਮੇਲੇ ਵਿੱਚ ਕਾਫੀ ਫਿਲਮਾਂ ਵੇਖਣ ਦਾ ਇੱਕ ਸੁਨਹਿਰੀ ਮੌਕਾ ਮਿਲਿਆ ਇਹਨਾਂ ਵਿੱਚੋਂ ਕੁਝ ਫਿਲਮਾਂ ਟੈਕਨੀਕ ਅਤੇ ਥੀਮ ਦੇ ਪੱਖੋਂ ਇੰਨੀਆਂ ਪ੍ਰਭਾਵਸ਼ਾਲੀ ਤੇ ਪਿਆਰੀਆਂ ਸਨ ਕਿ ਐਵੇਂ ਜਾਪਦਾ ਸੀ ਜਿਵੇਂ ਸਾਡੇ ਨੌਜਵਾਨਾਂ ਨੇ ਫਿਲਮਾਂ ਦੀ ਲੋੜ ਨੂੰ ਅਤੇ ਇਸ ਦੀ ਮਹੱਤਤਾ ਨੂੰ ਅਤੇ ਇਸ ਦੇ ਪ੍ਰਚਾਰ ਨੂੰ ਜਜ਼ਬਿਆਂ ਦੀ ਪੱਧਰ ਤੇ ਮਹਿਸੂਸ ਕੀਤਾ ਹੈ ਪਰ ਜੇ ਕਿਤੇ ਇਹ ਸੁੱਚੇ ਜਜ਼ਬੇ ਪਰ ਦੇ ਸਿੱਖ ਨੌਜਵਾਨਾਂ ਵਿੱਚ ਵੀ ਜਾਗ ਪੈ। ਯਕੀਨਨ ਅਸੀਂ ਇਸ ਖੇਤਰ ਵਿੱਚ ਨਾ ਆਪਣੀ ਥਾਂ ਬਣਾ ਸਕਦੇ ਹਾਂ ਕੇਵਲ ਸਗੋਂ ਹੋਰ ਨਾ ਲਈ ਪਾਈ ਦਾ ਸਾਧਨ ਬਣ ਸਕਦੇ ਹਾਂ। ਇਸ ਫਿਲਮ ਫੈਸਟੀਵਲ ਵਿੱਚ ਖਾਲਸਾ ਜੀ ਸਿੱਖੀ ਦੀ ਜੀਵਨ ਜਾਂਚ ਨਾਲ ਜੁੜੀਆਂ ਕੁਝ ਅਜਿਹੀਆਂ ਡਾਕੂਮੈਂਟਰੀਆਂ ਦਿਖਾਈਆਂ ਗਈਆਂ ਜਿਨ੍ਹਾਂ ਨੇ ਅਮਰੀਕਾ ਦੀ ਜ਼ਿੰਦਗੀ ਨਾਲ ਜੁੜੇ ਵਿਗੜੇ ਨੌਜਵਾਨਾਂ ਦੀਆਂ ਅੱਖਾਂ ਵਿੱਚ ਵੀ ਲੇੰਡਿਸ اور ਮੈਓ ਅੰਜੂਵਿਕ ਮਹਾਰਾਜਾ ਰਣਜੀਤ ਸਿੰਘ ਨਾਲ ਜੁੜੀ ਇੱਕ ਡਾਕੂਮੈਂਟਰੀ ਫਿਲਮ ਵਿੱਚ ਥੀਮ ਤੇ ਟੈਕਨੀਕ ਆਪਣੇ ਪਰ ਜੋਵਨ ਵਿੱਚ ਸੀ ਅਤੇ ਇਸ ਫਿਲਮ ਉੱਤੇ ਫਿਲਮ ਪਿੱਛੋਂ ਹੋਈ ਅਤੇ ਸਵਾਲ ਜਵਾਬ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਸਨ ਬਾਅਦ ਵਿੱਚ ਉੱਤੇ ਡਿਸਕਸ਼ਨ ਹੋਈ ਅਸੀਂ ਸਵਾਲ ਜਵਾਬ ਕੀਤੇ ਇਸ ਮੇਲੇ ਵਿੱਚ ਵਿਖਾਈਆਂ 21 ਫਿਲਮਾਂ ਸਾਡੇ ਸਭਨਾਂ ਲੋਕਾਂ ਲਈ ਪ੍ਰੇਰਨਾ ਸਰੋਤ ਹਨ ਜੋ ਫਿਲਮਾਂ ਰਾਹੀਂ ਸਿੱਖ ਸੰਦੇਸ਼ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਦੀ ਰੀਤ ਨੇ ਤਾਂਗ ਰੱਖਦੇ ਨੇ ਅਸੀਂ ਇਹੋ ਜੇ ਫਿਲਮੀ ਮੇਲਿਆਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ ਅਤੇ ਸਿਖਾ ਸਕਦੇ ਹਾਂ ਸ਼ਾਇਦ ਇਸੇ ਲਈ 1917 ਦੇ ਰੂਸੀ ਇਨਕਲਾਬ ਦੇ ਤੁਰਤ ਵਿੱਚੋਂ ਲੈਨਨ ਨੇ ਫਿਲਮਾਂ ਦੀ ਇੰਪੋਰਟੈਂਸ ਨੂੰ ਮਹਿਸੂਸ ਕਰਦਿਆਂ ਇਹ ਐਲਾਨ ਕੀਤਾ ਕਿ ਸਾਰੀਆਂ ਕੋਮਲ ਕਲਾਵਾਂ ਵਿੱਚ ਸਿਨੇਮਾ ਸਾਡੇ ਲਈ ਸਭ ਤੋਂ ਵੱਧ ਮਹੱਤਵਪੂਰਨ ਹੈ। ਹਿੰਦੀ ਫਿਲਮਾਂ ਵਿੱਚ ਮੁਸਲਮਾਨਾਂ ਦੀ ਸਰਦਾਰੀ ਅਤੇ ਤਾਂ ਕਿਥੋਂ ਸੀ ਸਾਰੇ ਜਾਣੋ। ਖਾਨ ਭਰਾਵਾਂ ਨੇ ਸਿਨੇਮਾ ਵਿੱਚ ਵੱਡਾ ਸਥਾਨ ਹਾਸਲ ਕਰ ਲਿਆ ਹੈ। ਹਾਲਾਂਕਿ ਮੁਸਲਮ ਭਾਈਚਾਰਾ ਘੱਟ ਗਿਆਚਾਰਾ ਹੋਣ ਕਾਰਨ ਅੱਜਕੱਲ੍ਹ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਅਤੇ ਰੁਕਾਵਟਾਂ ਦਾ ਸਾਹਮਣਾ ਵੀ ਕਰ ਰਿਹਾ ਹੈ। ਫਿਰ ਵੀ ਫਿਲਮੀ ਦੁਨੀਆ ਵਿੱਚ ਉਹਨਾਂ ਦੀਆਂ ਪ੍ਰਾਪਤੀਆਂ ਸਿੱਖਾਂ ਵਰਗੀ ਘਟ ਗਿਣਤੀ ਲਈ ਵੀ ਸੋਰਸ ਆਫ ਇਨਸਪੀਰੇਸ਼ਨ ਬਣ ਸਕਦੀਆਂ ਨੇ ਇਹ ਠੀਕ ਹੈ ਕਿ Hindu ਸੰਸਕ੍ਰਿਤੀ ਦਾ ਇੱਕ ਖਾਸ ਏਜੰਡਾ ਹੈ ਅਤੇ ਉਸੇ ਏਜੰਡੇ ਵਿੱਚ ਹੀ ਸਿੱਖ ਕਿਰਦਾਰਾਂ ਨੂੰ ਐਡਜਸਟ ਕੀਤਾ ਜਾਂਦਾ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਜਿਹੜੇ ਸੀਰੀਅਲ ਨੇ ਉਹ ਪ੍ਰਾਈਮ ਟਾਈਮ ਤੇ ਵਿਖਾਈ ਜਾਂਦੇ ਤੇ ਉਹਨਾਂ ਸੀਰੀਅਲਾਂ 'ਚ ਹੁੰਦਾ ਕੀ ਹੈ ਉਹ ਹਿੰਦੂ ਸੰਸਕ੍ਰਿਤੀ ਉਹ ਕਲਚ ਜੇ ਤੁਸੀਂ ਕਦੇ ਜਾਗਦੀਆਂ ਅੱਖਾਂ ਨਾਲ ਕਿਉਂਕਿ ਮੈਂ ਸੇਕ ਕੋਮ ਜਿਉਂਦੀ ਹੈ ਪਰ ਜਾਗਦੀ ਨਹੀਂ ਇਸ ਮਤਲਬ ਮੈਂ ਸਾਡਾ ਇਹ ਸੋਣਾ ਤੇ ਜਾਗਣਾ ਜਿਹੜਾ ਹੈ ਇਹ ਨਹੀਂ ਉਹ ਹੋਰ ਹੈ ਇਸੇ ਲਈ ਮਤਲਬ ਗੁਰਬਾਣੀ ਵਿੱਚ ਦੋ ਵਾਰੀ ਜਾਗੋ ਜਾਗੋ ਸੁੱਤਿਓ ਦੋ ਵਾਰੀ ਕਿਹਾ ਹੈ ਜੋ ਜਾ ਕੇ ਸੇ ਉਬਰੇ ਜਿਹੜੇ ਜਾਗਣਗੇ ਉਹ ਹੀ ਅਮਰ ਹੋਣ ਸੁੱਤੇ ਗਏ ਵਿਹਾਏ ਜੇ ਤੁਸੀਂ ਕਦੇ ਜਾਗਦੀਆਂ ਅੱਖਾਂ ਨਾਲ ਇਹੋ ਜੇ ਪ੍ਰੋਗਰਾਮ ਦੇਖੋ ਤਾਂ ਤੁਸੀਂ ਦੇਖੋਗੇ ਕਿ ਇਹਨਾਂ ਪ੍ਰੋਗਰਾਮਾਂ ਵਿੱਚ ਪੇਸ਼ ਕੀਤੇ ਜਾਣ ਵਾਲੇ ਨਾਇਕ ਜਿਸ ਤਰ੍ਹਾਂ ਦੇ ਕੱਪੜੇ ਪਾਉਂਦੇ ਨੇ ਜਿਸ ਤਰ੍ਹਾਂ ਪਹਿਰਾਵੇ ਦੀ ਚੋਣ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਦੇ ਹਾਵ ਭਾਵ ਦਿਖਾਏ ਜਾਂਦੇ ਹਨ ਤੇ ਜਿਸ ਤਰ੍ਹਾਂ ਦੀ ਗੁਫਤਾਰ ਤੇ ਰਫਤਾਰ ਦਿਖਾਈ ਜਾਂਦੀ ਹੈ ਤਰ੍ਹਾਂ ਸਾਡੀਆਂ ਕੁੜੀਆਂ ਸਾਡੇ ਮੁੰਡੇ ਵੀ ਉਸੇ ਤਰ੍ਹਾਂ ਹੀ ਰੀਸ ਕਰਨ ਲੱਗ ਪੈਂਦੇ ਆ ਕੀ ਇਹ ਗੁਲਾਮੀ ਦਾ ਸੰਭਲ ਨਹੀਂ ਇੰਜ ਸਾਡੀ ਆਪਣੀ ਸੁਤੰਤਰਤਾ ਸਾਡਾ ਮੌਲਿਕ ਕਲਚਰ ਸਜੇ ਸਜੇ ਅਲੋਪ ਹੋ ਰਿਹਾ ਹੈ ਅਤੇ ਸਾਡੀ ਸਿੱਖ ਲੀਡਰਸ਼ਿਪ ਚੁੱਪਚਾਪ ਇਹ ਵੇਖਦੀ ਜਾ ਰਹੀ ਹੈ ਜਦੋਂ ਵੀ ਕਿਸੇ ਫਿਲਮ ਵਿੱਚ ਸਿੱਖ ਕਿਰਦਾਰ ਇਤਿਹਾਸਕ ਰੂਪ ਵਿੱਚ ਸਾਡੇ ਸਾਹਮਣੇ ਆਉਂਦਾ ਹੈ ਤਾਂ ਉਸ ਦੀ ਦੇਸ਼ ਭਗਤੀ ਦੇ ਸੰਕਲਪ ਨੂੰ ਕਿਸੇ ਵਿਸ਼ੇਸ਼ ਖਿੱਤੇ ਨਾਲ ਜੋੜ ਦਿੱਤਾ ਜਾਂਦਾ ਹੈ ਜਿਵੇਂ ਕਿਹਾ ਜਾਂਦਾ ਹੈ ਨਾ ਗੁਰੂ ਗੋਬਿੰਦ ਵਾਸ ਅ ਗ੍ਰੇਟ ਪੈਟਰੀਅਟ ਤੇ ਅਸੀਂ ਫੁੱਲੇ ਨਹੀਂ ਸਮਾਉਂਦੇ ਕਿ ਨਹੀਂ ਗੁਰੂ ਗੋਬਿੰਦ ਸਿੰਘ ਇੱਕ ਵੱਡੇ ਦੇਸ਼ ਭਗਤ ਸਨ ਤੇਰਾ ਮਤਲਬ ਇੱਕ ਖਾਸ ਬਾਉਂਡਰੀ ਹੈ ਉਸ ਬਾਉਂਡਰੀ ਨਾਲ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਨੇ ਉੱਥੋਂ ਤੱਕ ਹੀ ਸੀਮਤ ਉਹ ਦੇਸ਼ ਭਗਤੀ ਦਾ ਸੰਕਲਪ ਇਹ ਦੱਸਦੇ ਨੇ ਲੇਕਿਨ ਸਾਡੇ ਨੇ ਉਹ ਸਾਰੇ ਸਮਿਆਂ ਤੋਂ ਪਾਰ ਦੀ ਗੱਲ ਕਰਦੇ ਨੇ ਸਤਾਰੋਂ ਸੇ ਅਗੇ ਜਹਾਂ ਹੋਰ ਵੀ ਹੈ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਦੇਸ਼ ਭਗਤ ਦਰਸਾ ਕੇ ਉਹਨਾਂ ਦੀ ਮਹਾਨਤਾ ਤੇ ਕੰਮਾਂ ਨੂੰ ਇੱਕ ਖਾਸ ਸੀਮਾ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਇੰਜ Hindu ਕੌਮਪ੍ਰਸਤੀ ਨੂੰ ਹੀ ਭਾਰਤੀ ਕੌਮਪ੍ਰਸਤੀ ਸਮਝਿਆ ਜਾਂਦਾ ਹੈ ਖਾਲਸਾ ਜੀ ਸ਼ਬਦ ਵਾਹਿਗੁਰੂ ਹੈ ਕੀ ਹੈ ਇਹਦੇ ਵਿੱਚ ਸੈਂਸ ਆਫ ਵੰਡਰ ਗੁਰਬਾਣੀ ਦੇ Idiom ਤੋਂ ਵਿਸਮਾ ਇੱਕ ਵੱਡੀ ਹੈਰਾਨੀ ਹਰ ਸਿੱਖ ਜਦੋਂ ਵਾਹਿਗੁਰੂ ਕਹਿੰਦਾ ਹੈ ਤਾਂ ਉਹ ਇੱਕ ਸ਼ਾਇਰਾਨਾ ਤਰਜ਼ੇ ਜ਼ਿੰਦਗੀ ਹੈ ਗੁਰੂ ਗ੍ਰੰਥ ਸਾਹਿਬ ਵੇ ਆਫ ਲਾਈਫ ਹੈ ਗੁਰੂ ਗ੍ਰੰਥ ਸਾਹਿਬ ਜੀਵਨ ਜਾਂਚ ਜਿਹਨੂੰ ਅਸੀਂ ਕਹਿ ਸਕਦੇ ਹਾਂ ਖਾਲਸਾ ਜੀ ਇਹ ਵਿਸਮਾਰ ਇਤਿਹਾਸ ਵਿੱਚ ਮਾਰਿਆ ਸਤਿ ਸ੍ਰੀ ਅਕਾਲ ਇਸ ਮਾਰਚ ਨੇ ਤਾਂ ਉਹ ਵੰਸਵਨੇ ਰੂਪ ਜਿਹੜੇ ਗੁਰਬਾਣੀ ਵਿੱਚ ਆਏ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਔਰ ਜਿਵੇਂ ਵਖਵਕ ਕਲਚਰ ਆਏ ਵਖਵਕ ਸੱਭਿਆਚਾਰ ਆਏ ਗੁਰੂ ਗ੍ਰੰਥ ਸਾਹਿਬ ਵਿੱਚ ਵਖਵਕ ਆਈਆਂ ਵਖਵਕ ਧਰਮ ਆਏ ਕੀ ਉਹਦਾ ਨਿਰਸ ਰੂਪ ਉਸਦਾ ਮੌਲਿਕ ਸਰੂਪ ਉਸਦਾ ਨਿਰਮਲ ਸਰੂਪ ਅਸੀਂ ਫਿਲਮਾਂ ਰਾਈਂ ਨਹੀਂ ਵਖਾ ਸਕਦੇ ਇਹ ਸਾਡੇ ਸਮਿਆਂ ਦਾ ਬਹੁਤ ਵੱਡਾ ਸਵਾਲ ਹੈ ਮੈਂ ਐਂਡ ਵਿੱਚ ਅਖੀਰ ਤੇ ਖਾਲਸਾ ਜੀ ਸਮੇਂ ਦੇ ਹਾਕਮਾ ਨੇ ਸਾਡੇ ਦਰਦ ਸਾਡੀਆਂ ਰੀਜਾਂ ਅਤੇ ਸਾਡੇ ਸੁਪਨਿਆਂ ਦੇ ਹਰ ਰੂਪ ਨੂੰ بے پشاں ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਫਿਰ ਅਡੀ ਲੀਡਰਸ਼ਿਪ ਨੇ ਵੀ ਇਸ ਦਰਦ ਉੱਤੇ ਧੁੰਦ ਦੀ ਚਾਦਰ ਵਿਛਾਈ ਹੋਈ ਹੈ ਭਾਈ ਗੁਰਦਾਸ ਜੀ ਦਾ ਕਥਨ ਹੈ ਨਾ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ जग ਚਾਨਾ ਹੋਇਆ ਮਿੱਟੀ ਨਹੀਂ ਮਿੱਟੀ ਹੈ ਯਾਨੀ ਧੁੰਦ ਵਿੱਚ ਜਦੋਂ ਤੁਸੀਂ ਡਾਰੇ ਹੁੰਦੇ ਹੋ ਤਾਂ ਦਿਸਦਾ ਵੀ ਹੈ ਤੇ ਨਹੀਂ ਵੀ ਦਿਸਦਾ ਇਹ ਦੁਬਦਾਂ ਦਾ ਸਿੰਬਲ ਹੈ ਇਸ ਦੁਬਦਾਂ ਨੂੰ ਹੀ ਗੁਰੂ ਨਾਨਕ ਸਾਹਿਬ ਨੇ ਤੋੜਿਆ ਪਰ ਇਸ ਨੂੰ ਸਭ ਤੋਂ ਵੱਧ ਮੈਂ ਸਮਝਦਾ ਜਿਵੇਂ ਖੂਬਸੂਰਤ ਅੰਦਾਜ਼ ਵਿੱਚ ਇੱਕ ਮੁਸਲਮਾਨ ਸ਼ਾਇਰ ਨੂੰ ਮਤਲਬ ਇਸਲਾਮ ਦਾ ਢਾਡੀ ਕਿਹਾ ਜਾਂਦਾ ਉਸ ਨੇ ਜਿਵੇਂ ਪੇਸ਼ ਕੀਤਾ ਹੈ ਗੁਰੂ ਨਾਨਕ ਸਾਹਿਬ ਬਾਰੇ ਜਿਵੇਂ ਉਹ ਗੁਰੂ ਨਾਨਕ ਸਾਹਿਬ ਨੂੰ ਇੱਕ ਲੰਬੀ ਕਵਿਤਾ ਵਿੱਚ ਟ੍ਰਿਬਿਊਟ ਦਿੱਤੀ ਹੈ ਸੁਣੋ ਫਿਰ ਉੱਠੀ ਆਖਿਰ ਸਦ ਸਾਰੇ ਹਿੰਦੁਸਤਾਨ ਦੇ ਇਤਿਹਾਸ ਨੂੰ ਕਵਿਤਾ ਚ ਪੇਸ਼ ਕਰਦਾ ਹੋਇਆ ਗੁਰੂ ਨਾਨਕ ਸਾਹਿਬ ਤੇ ਕਹਿੰਦਾ ਫਿਰ ਉੱਠੀ ਸੱਦ ਆਵਾਜ਼ ਤੌਹੀਦ ਕੀ ਪੰਜਾਬ ਸੇ ਫਿਰ ਕਹਿੰਦਾ ਪੰਜਾਬ ਤੋਂ ਇੱਕ ਆਵਾਜ਼ ਉੱਠੀ ਕਿ ਰੱਬ ਇੱਕ ਹੈ ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖਾਸ ਕਿ ਹਿੰਦੁਸਤ ਸੁਪਨਿਆਂ ਦੀ ਦੁਨੀਆ ਵਿੱਚ ਸੁੱਤਾ ਹੋਇਆ ਸੀ ਤੇ ਸੁਪਨਿਆਂ ਦੀ ਦੁਨੀਆ ਵਿੱਚੋਂ ਜਗਾਉਣ ਜਗਾਇਆ ਗੁਰਨਾਨਕ ਸਾਹਿਬ ਨੇ ਮੇਰਾ ਖਿਆਲ ਹੈ ਇਸ ਤੋਂ ਵੱਧ ਸ਼ਰਧਾਂਜਲੀ ਜਗਾਉਣ ਦੀ ਜਿਹੜੀ ਗੁਰਬਾਣੀ ਵਿੱਚ ਵੀ ਕੀਤੀ ਇਹ ਹੈ ਕਿਵੇਂ ਇਸ ਸ਼ਹਿਰ ਨੇ ਲੱਭ ਲਈ ਕੀ ਇਹੋ ਨਹੀਂ ਲੱਗਦਾ ਸੁੱਕੇ ਪੱਤਿਆਂ ਵਾਂਗ ਜਿੱਧਰ ਹਵਾ ਲਈ ਜਾਂਦੀ ਹੈ ਉਧਰ ਹੀ ਤਰੀ ਜਾ ਰਹੇ ਇਸ ਦੁਨੀਆ ਨੂੰ ਸਮਝਣਾ ਹੈ ਪਛਾਨਣਾ ਹੈ ਅਤੇ ਪਛਾਨਣਾ ਵੀ ਬਾਜ ਅਖਨੜ ਹੈ ਕਿਉਂਕਿ ਇੱਥੇ ਜਾਨ ਦੇ ਵੈਰੀ ਵੀ ਦੋਸਤਾਂ ਵਾਂਗ ਮਿਲਦੇ ਖਾਲਸਾ ਜੀ ਬਾਜ ਦੀ ਗੱਲ ਬਾਜ ਨਿਗਾ ਤੁਗੂ ਗੋਬਿੰਦ ਸਿੰਘ ਮਹਾਰਾਜ ਨੇ ਬਾਜ ਰੱਖਿਆ ਸੀ ਉਸ ਨੇ ਕਿੰਨੇ ਹੀ ਅਰਥ ਨੇ ਬਾਜ ਦੀ ਉਡਾਰੀ ਬੜੀ ਵੱਡੀ ਬਾਜ ਦੀ ਝਪਟ ਜਿਹੜੀ ਆ ਬਹੁਤ ਤਕੜੀ ਹੁੰਦੀ ਤੇ ਬਾਜ ਦੀ ਨਿਗਾ ਜੇ ਕਵਰੀ ਚੈਨਲ ਦੇਖੋ ਕਿੰਨੀ ਦੂਰ ਤੱਕ ਨਿਗਾ ਜਾਂਦੀ ਇਹ ਤਿੰਨੇ ਗੁਣ ਖਾਲਸੇ ਅੰਦਰ ਪ੍ਰਵੇਸ਼ ਕਰਨ ਦੀ ਵਿਸ਼ਮੇਸ਼ ਪਤਾ ਦੀ ਰੀਤ ਸੀ ਸਾਨੂੰ ਐਂਡ ਤੇ ਫੇਰ ਮੇਰੀ ਇਹ ਜਿਹੜੇ ਜਿਹੜਾ ਮੇਰਾ ਪੇਪਰ ਹੈ ਉਹਨਾਂ ਨੌਜਵਾਨਾਂ ਨੂੰ ਸਾਨੂੰ ਇਹੋ ਜਿਹਾ ਨੌਜਵਾਨਾਂ ਦੀ ਲੋੜ ਹੈ ਜਿਨ੍ਹਾਂ ਦੀ ਉਡਾਰੀ ਅਸਮਾਨ ਜਿੱਡੀ ਹੋਵੇ ਪਰ ਉਹ ਆਪਣੀ ਧਰਤੀ ਨਾਲੋਂ ਟੁੱਟੇ ਹੋਏ ਵੀ ਨਾ ਹੋਣ ਅਸਾਂ ਇਸ ਦਿਸਰੀ ਦੁਨੀਆ ਵਿੱਚੋਂ ਅਰਥਾਂ ਦੀ ਤਲਾਸ਼ ਕਰਨੀ ਹੈ ਸੁਸਕ کہانی ਬੁੱਝ ਕੇ ਫਿਲਮਾਂ ਵਿੱਚ ਤੇ ਅਖਬਾਰਾਂ ਵਿੱਚ ਉਤਾਰਨੀ ਹੈ ਮੈਂ ਗੁਰਬਾਣੀ ਦੇ ਇਸ ਪਵਿੱਤਰ ਐਲਾਨ ਨਾਮੇ ਨਾਲ ਆਪਣਾ ਪੇਪਰ ਖਤਮ ਕਰਦਾ ਹਾਂ ਭਾਈ ਰੇ ਗੁਰਮਖ ਬੁਝੇ ਕੋਏ ਬਿਨ ਬੁਝੇ ਕਾਵਣੇ ਜਨਮ ਪਦਾਰਥ ਹੋਏ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇਹ ਸੰਪਾਕ ਕਰਮ ਜੀ ਸਿੰਘ ਐਡੀਟਰ ਪੰਜਾਬੀ ਟ੍ਰਿਬਿਊਨ ਜਿਨ੍ਹਾਂ ਨੇ ਕਾਰਕੂਲੇਟਰ ਦੇ ਬਾਰੇ ਮੀਡੀਆ ਦਾ ਜੋ ਕਰਦਾਰ ਰਿਹਾ ਉਹਦੇ ਬਾਰੇ ਇਹਨਾਂ ਨੇ ਜੋ ਕੰਮ ਦੀ ਸਵਾ ਕੀਤਾ ਉਹਦੇ ਬਾਰੇ ਚੰਨਾ ਪਾਇਆ ਸਾਥ ਸਰੰਗੀ ਮੈਂ ਸੋਚਦਾ ਕਿ ਟਾਈਮ ਕਾਫੀ ਹੋਇਆ ਵੀਰ